ਇਸ ਸਾਰੇ ਹਸਰੂਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਮੰਤਰੀ ਕੁਲਦੀਪ ਧਾਲੀਵਾਲ ਨੇ ਪਰਾਲੀ ਦੇ ਮੁੱਦੇ ਤੇ ਦਿੱਤੀ ਸਫਾਈ ਕਿ ਹਾਂ ਹਰ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਖਰੀ ਉਤਰੀ ਕੈਬਨਟ ਮੰਤਰੀ ਕੁਲਦੀਪ ਤਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੁੱਦੇ ਉੱਤੇ ਇਤਿਹਾਸ ਰਚ ਰਹੀ ਹੈ ਪਰਾਲੀ ਦੇ ਮੁੱਦੇ ਉੱਤੇ ਪਿਛਲੀਆਂ ਸਰਕਾਰਾਂ ਨਾਲੋਂ ਬਹੁਤ ਵਧੀਆ ਕੰਮ ਹੋਇਆ ਨਾਲੇ ਉਹਨਾਂ ਨੇ ਕਾਂਗਰਸੀ ਆਗੂਆਂ ਨੂੰ ਵੀ ਨਿਸ਼ਾਨੇ ਤੇ ਲਿਆ ਹੈ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਤਾਲੀਵਾਲ ਲੁਧਿਆਣਾ ਪਹੁੰਚੇ ਇਸ ਮੌਕੇ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਸਰਪੰਚਾਂ ਨੂੰ ਮੰਤਰੀ ਢਾਲੀਵਾਲ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਜੀ ਪ੍ਰਾਲੀ ਦੇ ਮੁੱਦੇ ਤੇ ਆਪਣੀ ਸਫਾਈ ਦਿੱਤੀ ਤੇ ਅਜੇ ਹਾ ਕੋਈ ਡਾਟਾ ਨਹੀਂ ਜਿਸ ਵਿੱਚ ਇਹ ਸਾਬਤ ਹੋਵੇ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ ਐਸ்சி ਦਾ ਵੱਡਾ ਫੈਸਲਾ ਟੂ ਫਿੰਗਰ ਟੈਸਟ ਤੇ ਲਾਈ ਰੋਕ ਅਜਿਹਾ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ ਸੁਪਰੀਮ ਕੋਰਟ ਨੇ ਬਲਾਤਕਾਰ ਦੇ ਮਾਮਲਿਆਂ 'ਚ 2 ਫਿੰਗਰ ਟੈਸਟ ਤੇ ਪਾਬੰਦੀ ਲਾ ਦਿੱਤੀ ਆ ਅਦਾਲਤ ਨੇ ਚੇਤਾਵਨੀ ਦਿੱਤੀ ਜੇਕਰ ਕੋਈ ਵਿਅਕਤੀ ਅਜਿਹਾ ਟੈਸਟ ਕਰਵਾਉਂਦਾ ਤਾਂ ਉਸ ਵਿਅਕਤੀ ਨੂੰ ਦੁਰਵਿਵਹਾਰ ਦਾ ਦੋਸ਼ੀ ਟਹਿਰਾਇਆ ਜਾਵੇਗਾ ਬਲਾਤਕਾਰ ਕਤਲ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਜਸਟਿਸ ਚੰਦਰ ਚੂੜਨੇ ਨੇ ਕਿਹਾ ਕਿ ਪੀੜਤਾ ਦਾ ਜਨਸੀ ਇਤਿਹਾਸ ਸਬੂਤ ਦੇ ਮਾਮਲੇ ਵਿੱਚ ਜ਼ਰੂਰੀ ਨਹੀਂ ਜਸਟਿਸ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਅੱਜ ਵੀ 2 ਫਿੰਗਰ ਟੈਸਟ ਚੱਲ ਰਿਹਾ ਹੈ ਅਦਾਲਤ ਨੇ ਚੇਤਾਵਨੀ ਦਿੱਤੀ ਕਿ ਬਲਾਤਕਾਰ ਦੇ ਕੇਸਾਂ ਵਿੱਚ ਇਹ ਟੈਸਟ ਕਰਵਾਉਣ ਵਾਲੇ ਲੋਕਾਂ ਤੇ ਦੁਰਵਿਵਹਾਰ ਲਈ ਦੋਸ਼ੀ ਠਹਿਰਾਇਆ ਜਾਵੇਗਾ 143 ਸਾਲ ਪਹਿਲਾਂ ਮੋਰਬੀ ਦੇ ਰਾਜ ਨੇ ਬਣਵਾਇਆ ਸੀ ਕੇਬਲ ਪੁੱਲ ਕਿਵੇਂ ਬਣਿਆ ਸੈਂਕੜੇ ਲੋਕਾਂ ਦੀ ਮੌਤ ਦਾ ਕਾਰਨ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਚ ਮੱਚੂ ਨਦੀ ਤੇ ਬਣਾਇਆ ਗਿਆ ਹੈਂਗਿੰਗ ਪੁੱਲ ਟੁੱਟ ਕੇ ਡਿੱਗ ਗਿਆ ਕਈ ਲੋਕਾਂ ਦੀ ਮੌਤ ਦਾ ਕਾਰਨ ਬਣ ਗਿਆ ਮੋਰਬੀ ਦੀ ਸ਼ਾਨ ਕਹੇ ਜਾਣ ਵਾਲੇ 143 ਸਾਲਾ ਪਾਲਸੀ ਜੋ ਐਤਵਾਰ 31 ਅਕਤੂਬਰ 2022 ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਜਾਦੀ ਤੋਂ ਪਹਿਲਾਂ ਬ੍ਰਿਟਿਸ਼ ਸ਼ਾਸਨ ਵਿੱਚ ਮੌਰਬੀ ਪੁੱਲ ਦਾ ਨਿਰਮਾਣ ਕੀਤਾ ਗਿਆ ਸੀ ਮੱਚੂ ਨਦੀ ਤੇ ਬਣਿਆ ਪੁੱਲ ਪ੍ਰਮੁੱਖ ਟੂਰਿਸਟ ਸਟਾਪ ਸੀ ਮੌਰਬੀ ਦੇ ਰਾਜਾ ਬਾਗਜੀ ਰಾವ್ ਜੀ ਨੇ ਕੇਬਲ ਪੁੱਲ ਬਣਵਾਇਆ ਸੀ ਉਦਘਾਟਨਾ 1880 ਦੇ ਵਿੱਚ ਕੀਤਾ ਗਿਆ ਸੀ ਬ੍ਰਿਟਿਸ਼ ਇੰਜੀਨੀਅਰਾਂ ਦੁਆਰਾ ਬਣਾਏ ਗਏ ਇਸ ਪੁਲ ਦੇ ਨਿਰਮਾਣ ਵਿੱਚ ਅਦਨਤਮਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਸੀ ਬ੍ਰਿਟਿਸ਼ ਸ਼ਾਸਨ ਵਿੱਚ ਬਣਿਆ ਇਹ ਪੁਲ ਚੰਗੀ ਇੰਜੀਨੀਅਰਿੰਗ ਦਾ ਪ੍ਰਤੀਕ ਰਿਹਾ ਰਾਜਕੋਟ ਜ਼ਿਲ੍ਹੇ ਦੀ 64 ਕਿਲੋਮੀਟਰ ਦੀ ਦੂਰੀ ਤੇ ਮੱਚੂ ਨਦੀ ਤੇ ਬਣਿਆ ਇਹ ਪੁਲ ਲੋਕਾਂ ਲਈ ਆਕਰਸ਼ਣ ਦਾ ਕੇਂਦ ਸੀ ਜਾਦੀ ਜਾਣਕਾਰੀ ਲਈ ਚੈਨਲ ਦੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਵੱਡੀ ਖਬਰ ਆ ਰਹੀ ਹੈ ਜੀ Ontario ਤੋਂ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਟਰੱਕ ਦੇ ਨਾਲ ਕਈ ਗੱਡੀਆਂ ਦੀ ਹੋਈ ਟੱਕਰ ਕਈ ਲੋਕ ਗੰਭੀਰ ਜ਼ਖਮੀ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾ ਦਿੱਤਾ ਗਿਆ ਜੀ Ontario Provincial Police ਮੁਤਾਬਕ ਐਤਵਾਰ ਸਵੇਰੇ 8:30 ਵਜੇ ਵਾਟਰਡੌਨ ਵਿੱਚ ਮਿਲ ਗਰੋਵ ਸਾਈਡ ਰੋਡ ਤੇ ਹਾਈਵੇ 6 ਤੇ ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਸੀ ਸਿੱਧੂ ਮੂਸੇਵਾਲਾ ਕਤਲ ਕੇਸ ਪਰਿਵਾਰ ਤੇ ਅਲਟੀਮੇਟਮ ਤੇ ਸੀਐਮ ਮਾਨ ਦਾ ਜਵਾਬ ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਅੱਜ ਭਗਵੰਤ ਮਾਨ ਨੇ ਪਰਿਵਾਰ ਦੇ ਅਲਟੀਮੇਟਮ ਨੂੰ ਲੈ ਕੇ ਕਿਹਾ ਕਿ ਸਰਕਾਰ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਮੁਲਜ਼ਮਾਂ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ ਜਾਰੀ ਹੈ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕੋਈ ਕਮੀ ਨਹੀਂ ਛੱਡੇਗੀ ਪੀੜਤ ਪਰਿਵਾਰ ਨੇ ਇਨਸਾਫ ਨਾ ਮਿਲਣ ਦਾ ਦੋਸ਼ ਲਾਇਆ ਜੀ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਨੇ ਦਾਵਾ ਕੀਤਾ ਕਿ ਆਪਣੇ ਪੁੱਤਰ ਦੇ ਕਤਲ ਕੇਸ ਵਿੱਚ ਇਨਸਾਫ ਨਾ ਮਿਲਣ ਕਾਰਨ ਪਰ ਛੱਡ ਕੇ ਚਲੇ ਜਾਣਗੇ ਤੇ ਨਾਲ ਹੀ ਮੂਸੇਵਾਲਾ ਦੇ ਪਿਤਾ ਨੇ ਆਪਣੇ ਬਿਆਨ ਵਿੱਚ ਐਫ ਆਈ ਆਰ ਵਾਪਸ ਲੈਣ ਦੇ ਨਾਲ ਨਾਲ ਭਾਰਤ ਛੱਡਣ ਦੀ ਗੱਲ ਕਹੀ ਹੈ ਈਸਟਾ ਪੇਪਰ ਪੰਜਾਬ ਦੇ ਲੋਕਾਂ ਨੂੰ ਆਨਲਾਈਨ ਮਿਲਣਗੇ ਸਟਾਮਪ ਪੇਪਰ ਹੁਣ ਘਰ ਬੈਠ ਕੇ ਹੀ ਕੱਢ ਸਕਣਗੇ 510 ਸਟਾਮਪ ਪੰਜਾਬ ਸਰਕਾਰ ਦੇ ਵੱਲੋਂ ਸਟੈਂਪ ਪੇਪਰਾਂ ਦੀ ਵਿਕਰੀ ਨੂੰ ਆਨਲਾਈਨ ਕਰ ਦਿੱਤਾ ਗਿਆ ਜੀ ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਨਵੀਂ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਜਿਸ ਤੋਂ ਆਮ ਜਨਤਾ ਨੂੰ ਨਕਲੀ ਸਟੈਂਪ ਪੇਪਰਾਂ ਤੋਂ ਛੁਟਕਾਰਾ ਮਿਲਿਆ ਸੀ ਪਹਿਲਾਂ ਜਦੋਂ ਸਟੈਂਪ ਪੇਪਰ ਜਾਰੀ ਕੀਤੇ ਜਾਂਦੇ ਸਨ ਤਾਂ ਕਈ ਵਾਰ ਨਕਲੀ ਸਟੈਂਪ ਦੀਆਂ ਖਬਰਾਂ ਆਉਂਦੀਆਂ ਸਨ ਇਸ ਗੱਲ ਵੱਲ ਧਿਆਨ ਦਿੰਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਸਟਾਮ ਆਨਲਾਈਨ ਕਰ ਦਿੱਤੇ ਜਿਸ ਨਾਲ ਹੁਣ ਸਟਾਮ ਪੇਪਰ ਸਿੱਧਾ ਕੰਪਿਊਟਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਹਾਲੇ ਪੰਜਾਬ ਗੁਰੂ ਨਗਰੀ ਤੋਂ ਬਾਅਦ ਹੁਣ ਫਿਰੋਜ਼ਪੁਰ ਦੇ ਵਿੱਚ ਨਸ਼ੇ ਚ ਉੱਤ ਔਰਤ ਦੀ ਵੀਡੀਓ ਵਾਇਰਲ ਹੋ ਗਈ ਹੈ ਜੀ ਫਰੋਜ਼ਪੁਰ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਸੂਬੇ ਪੰਜਾਬ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਹੁੰਚ ਸਕਣ ਫਰੋਜ਼ਪੁਰ ਸ਼ਹਿਰ ਦੀ ਬਸਤੀ ਸ਼ੇਖਾ ਵਾਲੀ ਕੋਲੇ ਵੀ ਨਸ਼ੇ 'ਚ ਤੁੱਟ ਡਿੱਗਦੀ ਜਾ ਰਹੀ ਔਰਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ ਸੋ ਵੀਡੀਓ ਬਣਾਉਣ ਵਾਲੇ ਨੇ ਸੱਤਾ ਵਿੱਚ ਰਹਿ ਰਹੀਆਂ ਸਰਕਾਰਾਂ ਦੇ ਨਾਲ-ਨਾਲ ਮੌਜੂਦਾ ਸਰਕਾਰ ਨੂੰ ਜਮ ਕੇ ਕੋਸਿਆ ਕਿ ਫਰੂਜ਼ਪੁਰ ਤੋਂ ਨੌਜਵਾਨਾਂ ਪੁਰਸ਼ਾਂ ਦੇ ਨਾਲ-ਨਾਲ ਖੁਣੋ ਔਰਤਾਂ ਵੀ ਨਸ਼ੇ ਦੀ ਗ੍ਰਿਫਤੂ ਆਉਣ ਲੱਗੀਆਂ ਨੇ ਤੇ ਇਹਨਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਸਮਗਲਰਾਂ ਨੂੰ ਫੜਨ ਦੇ ਨਾਲ-ਨਾਲ ਸਰਕਾਰ ਦੀ ਇਹ ਜ਼ਿੰਮੇਵਾਰੀ ਬੰਦ ਹੀ ਕਿ ਨਸ਼ਿਆਂ ਚ ਡੁੱਬੀ ਨੌਜਵਾਨ ਪੀੜ੍ਹੀ ਔਰਤਾਂ ਤੇ ਆਮ ਲੋਕਾਂ ਨੂੰ ਬਚਾਉਣ ਲਈ ਉਪਰਾਲੇ ਕਰਨਾ ਘਰ ਵਿੱਚ ਸੋਨਾ ਰੱਖਣ ਦੀ ਕੀ ਹੈ ਲਿਮਟ ਕਦੋਂ ਤੇ ਕਿੰਨਾ ਦੇਣਾ ਪਵੇਗਾ ਟੈਕਸ ਸੋਨਾ ਇੱਕ ਕੀਮਤੀ ਧਾਤ ਹੈ ਜਿਸ ਦੀ ਕੀਮਤ ਸਮੇਂ ਦੇ ਨਾਲ ਵੱਧਦੀ ਰਹਿੰਦੀ ਹੈ ਜੀ ਭਾਰਤ ਵਿੱਚ ਤਿਹਾਰਾਂ ਦੌਰਾਨ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਗਹਿਣਿਆਂ ਤੋਂ ਲੈ ਕੇ ਸਿੱਕਿਆਂ ਤੱਕ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਸੋਨਾ ਰੱਖਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਘਰ ਵਿੱਚ ਕਿੰਨਾ ਸੋਨਾ ਰੱਖ ਸਕਦੇ ਹੋ ਘਰ 'ਚ ਸੋਨਾ ਰੱਖਣ ਤੋਂ ਬਾਅਦ ਐਸਡੀ ਸੁਰੱਖਿਆ ਤੋਂ ਇਲਾਵਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਘਰ ਚੋਂ ਸੋਨਾ ਰੱਖਣ ਦੇ ਕੀ ਨਿਯਮ ਨੇ ਜਿੰਨਾ ਸੋਨਾ ਦਾ ਸੋਨੇ ਦੇ ਗਹਿਣੇ ਤੁਸੀਂ ਘਰ ਚੋਂ ਰੱਖ ਸਕਦੇ ਹੋ ਉਸ ਲਈ ਸਰਕਾਰ ਨੇ ਕੁਝ ਨਿਯਮ ਬਣਾਏ ਨੇ ਜਿਨ੍ਹਾਂ ਦਾ ਪਾਲਣਾ ਕਰਨਾ ਹੋਵੇਗਾ ਤੁਹਾਨੂੰ ਦੱਸਦੀ ਹੈ ਕਿ ਛੋਟ ਵਾਲੀ ਆਮਦਨ ਤੋਂ ਸੋਨਾ ਖਰੀਦਿਆ ਤਾਂ ਟੁਕਮੇ ਸਾਧਨਾਰਾਹੀ ਕੀਤੀ ਕਰੇ ਲੂਬਾ ਜਤੋਂ ਸੋਨਾ ਖਰੀਦਿਆ ਤਾਂ ਕੋਈ ਟੈਕਸ ਅਦਾ ਨਹੀਂ ਕਰਨਾ ਹੋਵੇਗਾ ਕਾਨੂੰਨੀ ਤੌਰ ਤੇ ਵਿਰਾਸਤ ਵਿੱਚ ਮਿਲਿਆ ਸੋਨਾ ਜਿਸ ਦੇ ਸਰੋਤ ਜਾਣੇ ਜਾਂਦੇ ਹਨ ਤੇ ਵੀ ਕੋਈ ਟੈਕਸ ਨਹੀਂ ਲੱਗਦਾ ਸੋਨਾ ਰੱਖਣ ਦੇ ਕੋਈ ਟੈਕਸ ਨਹੀਂ ਪਰ ਜਦੋਂ ਤੁਸੀਂ ਇਸ ਨੂੰ ਵੇਚਦੇ ਹੋ ਤਾਂ ਤੁਹਾਨੂੰ ਟੈਕਸ ਦੇਣਾ ਪੈਂਦਾ ਹੈ ਸਰਦੀਆਂ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਜੀ 1 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 1 ਨਵੰਬਰ 2022 ਤੋਂ 28 ਫਰਵਰੀ 2023 ਤੱਕ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਜੀ ਬੁਲਾਰੇ ਨੇ ਦੱਸਿਆ ਕਿ ਬਦਲਦੇ ਸਮੇਂ ਮੁਤਾਬਕ ਸሙੂ ਸਰਕਾਰੀ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ 3 ਵਜੇ ਤੱਕ ਖੁੱਲਣਗੇ ਚੰਡੀਗੜ੍ਹ ਦੀ ਮਾਡਲ ਬਡੇਲ ਜੇਲ ਬਣ ਰਹੀ ਆ ਹਾਈ ਟੈਕ ਕੈਦੀਆਂ ਨੂੰ ਮਿਲੇਗਾ ਵੱਡਾ ਲਾਭ ਪੰਜਾਬ 'ਚ ਕੌਮੀ ਝੰਡੇ ਦਾ ਸ਼ਰਿਆਮ ਹੋ ਰਿਹਾ ਅਪਮਾਨ ਕਾਨੂੰਨ ਅਨੁਸਾਰ ਹੋ ਸਕਦੀ ਐਫ ਆਈ ਆਰ ਤੇ ਸਜ਼ਾ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਦੇਸ਼ ਵਾਸੀਆਂ ਨੇ ਦੇਸ਼ ਪ੍ਰੇਮ ਜਗਾਉਣ ਦੀ ਵਿਸ਼ੇਸ਼ ਮਹਿੰਮ ਚਲਾਈ ਆ ਜਗਾ ਜਗਾ ਤੇ ਕੌਮੀ ਝੰਡੇ ਲਾ ਦਿੱਤੇ ਗਏ ਪਰ ਹਾਲਤ ਇਹ ਹੈ ਕਿ ਕਰਾਂ ਦੀਆਂ ਛੱਤਾ ਬਿਜਲੀ ਦੇ ਖੰਭਿਆਂ ਤੇ ਲੱਗੇ ਕੌਮੀ ਝੰਡਿਆਂ ਦੀ ਹਾਲਤ ਚਿੰਤਾਜਨਕ ਬਣ ਰਹੀ ਹੈ ਕੌਮੀ ਝੰਡੇ ਫਟ ਚੁੱਕੇ ਨੇ ਮੈਲੇ ਹੋ ਚੁੱਕੇ ਨੇ ਥੱਲੇ ਡਿੱਗ ਚੁੱਕੇ ਨੇ ਪੁਲਿਸ ਵੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਆ ਲੋਕਾਂ ਨੇ ਝੰਡੇ ਘਰਾਂ ਤੇ ਲਮਕਾਏ ਨੇ ਜੋ ਖਰਾਬ ਹੋ ਚੁੱਕੇ ਨੇ ਸੋ ਰਾਸ਼ਟਰੀ ਝੰਡੇ ਨੂੰ ਵੇਚਣ ਤੋਂ ਲੈ ਕੇ ਇਸ ਨੂੰ ਲਗਾਉਣ ਬਾਰੇ ਸਮਝਾਉਣ ਵਾਲਾ ਕੋਈ ਨਹੀਂ ਆ ਇਸ ਕਰਕੇ ਥਾਂ ਥਾਂ ਰਾਸ਼ਟਰੀ ਝੰਡੇ ਦੀ ਕਹਿੰਦੇ ਬੇਦਬੀ ਹੋਣੀ ਸ਼ੁਰੂ ਹੋ ਗਈ ਐ ਸਦੀਆਂ ਪੁਰਾਣਾ ਮੋਰਪੀ ਪੁਲ ਟੁੱਟਣ ਕਾਰਨ ਦਰਿਆ ਵਿੱਚ ਰੁੜੇ ਲੋਕ ਹੁਣ ਤੱਕ 134 ਲੋਕਾਂ ਦੀ ਹੋਈ ਮੌਤ ਸੂੰਕੜਾ ਵਦਨ ਦੇ ਆਸਾਰ ਨੇ ਕਿਉਂਕਿ ਗੋਤਾਖੋਰਾਂ ਦੀ ਮਦਦ ਨਾਲ ਨਸ਼ਦੀ ਦੇ ਵਿੱਚੋਂ ਲਾਸ਼ਾਂ ਲੱਭਣ ਦਾ ਅਮਲ ਅਜੇ ਵੀ ਜਾਰੀ ਹੈ ਜਦੋਂ ਕਿ ਹਸਪਤਾਲ ਵਿੱਚ ਜਿਹੜੇ ਇਲਾਜ ਲੋਕਾਂ ਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪ੍ਰਧਾਨ ਮੰਤਰੀ ਨਹਿਮਤਾਬਾਦ ਵਿੱਚ ਅੱਜ ਕੱਢੇ ਜਾਣ ਵਾਲੇ ਆਪਣੇ ਰੋਡ ਸ਼ੋਅ ਨੂੰ ਰੱਦ ਕਰ ਦਿੱਤਾ ਕਾਂਗਰਸ ਨੇ ਵੀ ਆਗਾਮੀ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਸੂਬੇ ਦੀਆਂ 5 ਜ਼ੋਨਾਂ ਵਿੱਚੋਂ ਕੱਢੀ ਜਾਣ ਵਾਲੀ ਆਪਣੀ ਤਜੀਵਤ ਪਰਵਰਤਨ ਸੰਕਲਪ ਯਾਤਰਾ ਮੁਲਤਵੀ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਕੇਵਲ ਬ੍ਰਿਜ ਬਹੁਤ ਪੁਰਾਣਾ ਤੇ 5 ਦਿਨ ਪਹਿਲਾਂ ਇਸ ਨੂੰ ਨਵੀਨੀਕਰਨ ਕਰਨ ਤੋਂ ਬਾਅਦ ਚਾਲੂ ਕੀਤਾ ਗਿਆ ਸੀ ਰੈਨੋਵੇਸ਼ਨ ਤੋਂ ਬਾਅਦ ਇੰਨੇ ਵੱਡੇ ਹਾਦਸੇ ਬਾਅਦ ਹੁਣ ਕਈ ਸਵਾਲ ਖੜੇ ਹੋ ਰਹੇ ਨੇ ਉੱਚੀਆਂ ਮੂਰਤਾਂ ਦੀ ਦੌੜ ਰਾਜਸਥਾਨ ਦੇ 나ਥ ਦੁਆਰਾ ਹੋਈ 370 ਫੁੱਟ ਉੱਚੀ ਮੂਰਤੀ ਦੀ ਸਥਾਪਨਾ ਰਾਜਸਥਾਨ ਦੇ ਰਾਜਸਵੰਦ ਜ਼ਿਲ੍ਹੇ ਦੇ ਵਿੱਚ 나ਥ ਦੁਆਰਾ ਕਸਬੇ ਦੇ ਬਰਨ ਵਿੱਚ ਬਣੀ 369 ਫੁੱਟ ਉੱਚੀ ਸ਼ਿਵ ਮੂਰਤੀ ਵਿਸ਼ਵਾਸ ਸਭ ਰੂਪ ਸ਼ਨੀਵਾਰ 19 ਅਕਤੂਬਰ ਨੂ ਸ਼ਾਮ ਨੂੰ ਇਸ ਦਾ ਉਦਘਾਟਨ ਕੀਤਾ ਗਿਆ Rajasthan ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ Hindu ਧਰਮ ਦੇ ਕਥਾਵਾਚਕ ਮੁਰਾਰੀ ਬਾਪੂ ਨੇ ਮੂਰਤੀ ਦਾ ਉਦਘਾਟਨ ਕੀਤਾ ਤੇ ਉਸ ਮੌਕੇ ਬਾਬਾ RAMDEV ਵਿਧਾਨ ਸਭਾ ਸਪੀਕਰ ਡਾਕਟਰ ਸੀਪੀ ਜੋਸੀ ਤੇ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਗਟਾਰੀਆ ਸਮੇਤ ਕਈ ਸਿਆਸੀ ਨੇਤਾ ਮੌਜੂਦ ਸਨ ਪੰਜਾਬ ਸਟੇਟ ਦੀਵਾਲੀ ਲਾਟਰੀ 2022 ਦੇ ਅੱਜ ਐਲਾਨੇ ਜਾਣਗੇ ਨਤੀਜੇ ਜਿੱਤਣ ਵਾਲੇ ਨੂੰ ਮਿਲੇਗਾ 2.5 ਕਰੋੜ ਰੁਪਇਆ ਮੋਰਬੀ ਹਾਦਸੇ ਤੇ ਦੁਨੀਆ ਭਾਰਤ ਦੇ ਨਾਲ ਕਈ ਦੇਸ਼ਾਂ ਨੇ ਜਤਾਇਆ ਦੁੱਖ ਉਸ ਦੇ ਰਾਸ਼ਟਰਪਤੀ ਵਾਲਦੀ ਮੀਰ ਪੁੱਤਨ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਇੱਕ ਸ਼ੋਕ ਸੰਦੇਸ਼ ਵਿੱਚ ਗੁਜਰਾਤ ਵਿੱਚ ਪੁਲ ਦੇ ਡਿੱਗਣ ਤੇ ਦੁਖਦਾਈ ਘਟਨਾਕਰਮ ਤੇ ਸੋਗ ਪ੍ਰਗਟ ਕੀਤਾ ਹੈ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਭਹਾਦਰ ਦਿਓਬਾ ਨੇ ਕਿਹਾ ਹੈ ਕਿ ਗੁਜਰਾਤ ਵਿੱਚ ਮੋਰਵੀ ਪੁਲ ਡਿੱਗਣ ਦੀ ਦੁਖਦਾਈ ਘਟਨਾ ਤੋਂ ਬਹੁਤ ਦੁੱਖ ਹੋਇਆ ਹੈ। ਪੋਲੈਂਡ ਦੇ ਮੰਤਰੀ ਨੇ ਵੀ ਵਾਪਰੀ ਘਟਨਾ ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਲਸ ਦੀ ਹੱਦ ਹੋ ਗਈ ਵਾਰ-ਵਾਰ ਪਰਸ ਤੋਂ ਨਾ ਕਢਣੇ ਪਏ ਏਟੀਐਮ ਹੱਥਾਂ ਦੇ ਵਿੱਚ ਹੀ ਲਗਵਾਲੀ ਚਿੱਪਸੋ ਜਦੋਂ ਸੈਰ ਕਰਨ ਲਈ ਬਾਹਰ ਜਾਂਦੇ ਹੋ ਤਾਂ ਖਰਚਾ ਕਰਦੇ ਸਾਹਮਣੇ ਆਪਣੇ ਏਟੀਐਮ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਪਰ ਕੁਝ ਲੋਕ ਅਜਿਹਾ ਕਰਨ ਤੋਂ ਪ੍ਰੇਸ਼ਾਨ ਹੋ ਜਾਂਦੇ ਨੇ ਜਿਸ ਤੋਂ ਛੁਟਕਾਰਾ ਪਾਉਣ ਲਈ ਇੱਕ ਵਿਅਕਤੀ ਨੇ ਅਜੀਬ ਤਰੀਕਾ ਗੱਡਿਆ ਜੀ ਕ੍ਰੈਡਿਟ ਕਾਰਡ ਦੀ ਲਗਾਤਾਰ ਵਰਤੋਂ ਤੋਂ ਛੁਟਕਾਰਾ ਪਾਉਣ ਲਈ ਸਖਤ ਕਦਮ ਚੁੱਕਨੇ ਆਪਣੇ ਗੁੱਟ ਦੇ ਵਿੱਚ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਚਿਪ ਲਾ ਲਈ ਹੈ ਤਾਂ ਜੋ ਉਸ ਨੂੰ ਇਸ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ ਸਾਬਤੀ ਮਾਲਿਕ ਨੇ ਪੀਐਮ મોદી ਨੂੰ ਚਿੱਠੀ ਲਿਖ ਕੇ ਬਲਾਤਕਾਰੀ ਬਾਬਾ ਰਾਮ ਰਹੀਮ ਅਤੇ ਬਿਲਕਸ ਬਾਨੋ ਦੇ ਦੋਚੀਆਂ ਨੂੰ ਜੇਲ੍ਹ ਭੇਜਣ ਦੀ ਕੀਤੀ ਮੰਗ ਕਮਿਸ਼ਨ ਦੀ ਚੇਅਰਪਰਸਨ ਨੇ ਬਿਲਕਸ ਬਾਨੋ ਅਤੇ ਸੌਦਾ ਸਾਧ ਦੇ ਕੇਸਾਂ ਦਾ ਹਵਾਲਾ ਦਿੰਦੇ ਮੰਗ ਕੀਤੀ ਕਿ ਬਿਲਕਸ ਬਾਨੋ ਦੇ ਬਲਾਤਕਾਰੀਆਂ ਤੇ ਸੌਦਾ ਸਾਧ ਨੂੰ ਵਾਪਸ ਜੇਲ੍ਹ ਵਿੱਚ ਭੇਜਿਆ ਜਾਵੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਸ ਬਾਨੋ ਨਾਲ ਸਮੂਹਿਕ ਬਲਾਤਕਾਰ ਹੋਇਆ ਸੀ ਉਸ ਸਮੇਂ 21 ਸਾਲ ਦੀ ਸੀ ਬਲਾਤਕਾਰੀਆਂ ਨੇ ਨਾ ਤਾਂ ਸਿਰਫ 5 ਮਹੀਨਿਆਂ ਦੀ ਗਰਭਵਤੀ ਬਿਲਕਸ ਬਾਨੋ ਨਾਲ ਬਲਾਤਕਾਰ ਕੀਤਾ ਸੀ ਸਗੋਂ ਉਸਦੇ 3 ਸਾਲ ਦੇ ਬੱਚੇ ਤੇ ਉਸਦੇ ਪਰਿਵਾਰ ਦੇ 7 ਮੈਂਬਰਾਂ ਨੂੰ ਵੀ ਮਾਰ ਦਿੱਤਾ ਸੀ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇੱਕ ਹੋਰ ਗਲਤੀ ਭਾਰਤ ਲਈ ਖੜੀ ਕਰ ਸਕਦੀ ਹੈ ਮੁਸੀਬਤ ਸੈਮੀਫਾਈਨਲ ਦੀ ਦੌੜ 2 ਫਿਰ ਹੋਵੇਗੀ ਪਾਕਿਸਤਾਨ ਦੀ ਐਂਟਰੀ ਦੱਖਣੀ ਅਫਰੀਕਾ ਨੇ T20 ਵਿਸ਼ਵ ਕੱਪ ਵਿੱਚ ਐਤਵਾਰ ਨੂੰ 5 ਵਿਕਟਾਂ ਨਾਲ ਭਾਰਤ ਨੂੰ ਹਰਾ ਦਿੱਤਾ ਭਾਰਤ ਦੀ ਹਾਰ ਨੇ ਗਰੁੱਪ 2 ਦੇ ਸਮੀਕਰਨ ਨੂੰ ਹੋਰ ਰੋਮਾਂਚਕ ਬਣਾ ਦਿੱਤਾ ਜੀ ਸੁਪਰ 12 ਰਾਊਂਡ 'ਚ 12 ਟੀਮਾਂ ਖੇਡ ਰਹੀਆਂ ਨੇ ਜਿਨ੍ਹਾਂ ਨੂੰ ਦੋ ਗਰੁੱਪਾਂ ਦੇ ਵਿੱਚ ਵੰਡਿਆ ਗਿਆ ਜਿਸ ਰਾਊਂਡ 'ਚ ਹੁਣ ਤੱਕ 18 ਮੈਚ ਖੇਡੇ ਜਾ ਚੁੱਕੇ ਨੇ ਪਰ ਇੰਨੇ ਮੈਚਾਂ ਤੋਂ ਬਾਅਦ ਵੀ ਸਾਰੀਆਂ 12 ਟੀਮਾਂ ਸੈਮੀਫਾਈਨਲ ਦੀ ਦੌੜ ਦੇ ਵਿੱਚ ਬਰਕਰਾਰ ਨੇ ਕਿਸੇ ਵੀ ਟੀਮ ਨੇ ਅਧਿਕਾਰਤ ਤੌਰ ਤੇ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕੀਤਾ ਤੇ ਨਾ ਹੀ ਕੋਈ ਟੀਮ ਸੁਪਰ 12 라운ਡ ਤੋਂ ਬਾਹਰ ਹੋਈ ਹੈ ਗੁਜਰਾਤ ਪੁਲ ਹਾਦਸੇ ਨੇ ਚੰਜੋੜਿਆ ਸਾਰਾ ਭਾਰਤ ਸੋ ਵੱਡੀ ਦੁੱਖदाई ਖਬਰ ਹੈ ਜੀ ਬ੍ਰਿਜ ਮੈਨੇਜਮੈਂਟ ਕੰਪਨੀ ਤੇ ਕੇਸ ਦਰਜ ਕਰਕੇ 9 ਜਣੇ ਪੁਲਿਸ ਨੇ ਚੱਕਲੇ ਨੇ SDPC ਚੋਣਾ ਕਾਲੀ ਦਲ ਦੇ ਵਿੱਚ ਮੋੜ ਉੱਠਣ ਲੱਗੀਆਂ ਬਾਗੀ ਸੁਰਾਂ ਤੋਂ ਲੰਬੇ ਸਮੇਂ ਤੋਂ ਸਿੱਖਾ ਦੀ ਨੁਮਾਇੰਦਗੀ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੀ ਮੀਟਿੰਗ 'ਚ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਇੱਕ ਵਾਰ ਫਿਰ ਬਾਗੀ ਸਰੂਠ ਨੇ ਸ਼ੁਰੂ ਹੋ ਗਏ ਨੇ ਜਾਣਕਾਰੀ ਅਨੁਸਾਰ ਬੀਬੀ ਜਗੀਰ ਕੌਰ ਨੇ ਐਸਪੀਸੀ ਚੋਣਾਂ ਲੜਨ ਦਾ ਪੱਕਾ ਇਰਾਦਾ ਕਰ ਲਿਆ ਜੂਮੀਦਵਾਰ ਨਾਮ ਬਣਾਏ ਜਾਂਦੇ ਵੀ ਸੰਕੇਤ ਮਿਲੇ ਨੇ ਹਾਲਾਂਕਿ ਇਸ ਸੰਬੰਧੀ ਕੋਈ ਵੀ ਸਪਸ਼ਟ ਵਿਧੀ ਨਹੀਂ ਦੱਸੀ ਪਰ ਉਹਨਾਂ ਨੇ ਕਿਹਾ ਕਿ ਚੋਣ ਲੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸਾਬਕਾ ਮੰਤਰੀ ਬੀਬੀ ਜ਼ਗੀਰਕਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਨੇ ਪੰਜਾਬ ਸਰਕਾਰ ਨੇ ਅਫਸਰਾਂ ਨੂੰ ਦਿੱਤਾ ਮੋਟਾ ਗਫਾ ਇਸ ਮਹੀਨੇ ਵਾਤੇ ਦੀ ਤਨਖਾਹ ਸੋ ਵੱਡੀ ਖਬਰਾਂ ਜੀ ਆਈਏ ਐਸਾਈਪ ਆਈਪੀਐਸ ਆਈਐਫਐਸਸੀ ਅਧਿਕਾਰੀਆਂ ਨੂੰ ਵਧਿਆ ਹੋਇਆ ਮੰਗਿਆਈ ਪੱਤਾ ਜੁਲਾਈ 2022 ਤੋਂ ਜਾਰੀ ਕਰ ਦਿੱਤਾ ਹੈ ਇਹਨਾਂ ਅਧਿਕਾਰੀਆਂ ਨੂੰ ਜੁਲਾਈ ਤੋਂ 38% ਦੀ ਮੰਗਿਆਈ ਪੱਤਾ ਮਿਲੇਗਾ ਜਦਕਿ ਸਰਕਾਰ ਨੇ ਜੁਲਾਈ 2021 ਤੋਂ ਮੰਗਿਆਈ ਪੱਤੇ ਦੇ ਬਕਾਏ ਦੇਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ ਬਕਾਇਆ ਰਕਮੀ ਵੀ 6 ਮਹੀਨੇ ਅਧਿਕਾਰੀਆਂ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ ਹੁਣ WhatsApp ਰਾਹੀਂ ਮਿਲੇਗੀ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸੰਬੰਧੀ ਪ੍ਰਵਾਨਗੀ ਹਰ ਜ਼ੋਤ ਫੈਸ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਿੱਟੀ ਦੀ ਪੁਟਾਈ ਸੰਬੰਧੀ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਹੋਰ ਸੌਖਾ ਬਣਾ ਦਿੱਤਾ ਹੈ ਮਾਨ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਰਾਜ ਵਿੱਚ ਹੁਣ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸੰਬੰਧੀ ਪ੍ਰਵਾਨਗੀ WhatsApp ਮੈਸੇਜ ਰਾਹੀਂ ਲਈ ਜਾ ਸਕਦੀ ਹੈ ਅਤਵਾਦ ਦੇ ਸਮੇਂ ਭਾਰਤੀ ਜਹਾਜ਼ ਨੂੰ ਹਾਈਜੈਕ ਕਰਕੇ ਪਾਕਿਸਤਾਨ ਲਿਜਾਣ ਵਾਲੇ ਪਿੰਕਾ ਨਾਲ ਅਕਾਲ ਤਖਤ ਦੇ ਜਥੇਦਾਰ ਦੀ ਫੋਟੋ ਉਹ ਵਾਇਰਲ ਪੱਖਿਆ ਵਿਵਾਦ ਪਿੰਕਾ ਅਤਵਾਦ ਦੇ ਦੌਰੇ ਦੌਰਾਨ ਇੰਡੀਅਨ 에ਅਰਲਾਈਨਸ ਦੇ ਜਹਾਜ਼ ਨੂੰ ਹਾਈਜੈਕ ਕਰਕੇ ਸ਼੍ਰੀਨਗਰ ਤੋਂ ਲਾਹੌਰ ਲੈ ਗਿਆ ਜਿਸ ਤੋਂ ਬਾਅਦ ਪਿੰਕਾ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਜਥੇਦਾਰ ਨੇ ਸਾਕਾ ਪੰਜਾ ਸਾਹਿਬ ਦੇ 100 ਸਾਲ ਪੂਰੇ ਹੋਣ ਮੌਕੇ ਕਰਵਾਏ ਸ਼ਾਮ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸਨ 1 ਨਵੰਬਰ ਤੋਂ ਬਦਲ ਜਾਣਗੇ ਸਰਕਾਰੀ ਨਿਜ਼ਮ ਤੁਹਾਡੀ ਜੇਬ ਤੇ ਪਵੇਗਾ ਭਾਰੀ ਅਸਰ ਸੂਬ ਨਿਕਲ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਤੁਹਾਡੀ ਜੇਬ ਤੇ ਪੈਣ ਵਾਲਾ ਅਸਰ ਸੋ ਸਥਿਤੀ ਚ ਤਬਦੀਦੀਆਂ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਜੋ ਤੁਸੀਂ ਕੰਮ ਕਰ ਰਹੇ ਉਸ ਨੂੰ ਸਮੇਂ ਸਿਰ ਪੂਰਾ ਕਰਕੇ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ ਇਸ ਨਵੇਂ ਨਿਜ਼ਮਾ ਦੇ ਵਿੱਚ ਬੀਮੇ ਦੇ KYC LPG ਸਲੰਡਰ ਦੀਆਂ ਕੀਮਤੀ ਟ੍ਰੇਨਾਂ ਦਾ ਸਮਾਹ ਤੇ ਸਬਸਿਡੀ ਨਾਲ ਸੰਬੰਧਿਤ ਕਈ ਨਿਯਮ ਬਦਲ ਜਾਣਗੇ ਅਮ੍ਰਿਤ ਸੰਚਾਰ ਸਮਾਗਮ ਵਾਰਿਸ ਪੰਜਾਬ ਦੇ ਪ੍ਰਧਾਨ ਤੋਂ ਪ੍ਰਭਾਵਿਤ ਹੋ ਕੇ Hindu ਵਿਕਤੀਆਂ ਨੇ ਅਪਣਾਇਆ ਸਿੱਖ ਧਰਮ 31 ਅਕਤੂਬਰ 1984 38 ਸਾਲ ਪਹਿਲਾਂ ਅੱਜ ਦੇ ਦਿਨ ਹੋਇਆ ਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਬ੍ਰਿਟੇਨ ਵਿੱਚ ਸਿੱਖ ਫੌਜੀਆਂ ਦਾ ਸਨਮਾਨ ਸ਼ਹਿਰ ਲਟੇਰੇਸਾ ਚੂ ਸਿੱਖ ਫੌਜੀ ਦੇ ਬੋਤ ਦਾ ਉਗਾਟਨ ਕਰ ਦਿੱਤਾ ਗਿਆ ਜੀ ਵਿਕਟੋਰੀਆ ਪਾਰਕ ਵਿੱਚ ਇੱਕ ਗ੍ਰੇਨਾਈਟ ਪਲੇਟਫਾਰਮ ਤੇ ਇੱਕ ਸਿੱਖ ਸੈਨਿਕ ਦੀ ਕਾਂਸੀ ਦੀ ਮੂਰਤੀ ਪ੍ਰਦਰਸ਼ਿਤ ਕੀਤੀ ਗਈ ਹੈ ਨਵੋਦਿਆ ਵਿਦਿਆਲય ਸੰਗਠਨ ਨੇ 5000 ਨੌਕਰੀਆਂ ਦਾ ਕੀਤਾ ਐਲਾਨ ਨਵੀਆਂ ਅਸਾਮੀਆਂ ਦੀ ਹੋਵੇਗੀ ਭਰਤੀ ਸਿੱਖਿਆ ਮੰਤਰਾਲੇ ਨਾਲ ਸੰਬੰਧਤ ਐਮ ਖਬਰ ਆਈ ਹੈ ਜੀ ਕੇਂਦਰ ਸਰਕਾਰ ਨੇ 1.5 ਸਾਲ ਵਿੱਚ 10 ਲੱਖ ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਨੇ ਸਾਰੇ ਮੰਤਰਾਲਿਆਂ ਤੇ ਉਹਨਾਂ ਨਾਲ ਜੁੜੇ ਸਮੂਹ ਅਤੇ ਆਪਣੇ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਹੈ ਸਿੱਖਿਆ ਮੰਤਰਾਲੇ ਨਾਲ ਜੁੜੇ ਨਵੋਦਿਆ ਵਿਦਿਆਲੇ ਵੀ ਅਗਲੇ 4 ਮਹੀਨਿਆਂ 'ਚ ਲਗਭਗ 5000 ਨੌਕਰੀਆਂ ਦਾ ਐਲਾਨ ਕਰਨਗੇ ਮੋਰ ਵੀਪਾਲ ਹਸਦਾ ਸੰਸਦ ਮੈਂਬਰ ਦੇ 11 ਰਿਸ਼ਤੇਦਾਰ ਮਾਰੇ ਗਏ ਕਈ ਘਰਾਂ ਵਿੱਚ ਲੰਬੂ ਦੇਣ ਵਾਲਾ ਵੀ ਨਹੀਂ ਬਚਿਆ ਉਹਨਾਂ ਨੇ ਕਿਹਾ ਜੀ ਮੇਰੇ ਜੀਜੇ ਦੇ ਪਈਏ ਦੀਆਂ ਚਾਰ ਕੁੜੀਆਂ ਤਿੰਨ ਜਵਾਈ ਤੇ ਪੰਜ ਬੱਚੇ ਰੁੜ ਗਏ ਨੇ ਪੰਚਾਇਤ ਮਹਿਕਮੇ ਚੋਂ ਚੋਰ ਮੂਰੀਆਂ ਕਾਰਨ ਸੈਂਕੜੇ ਭਰਤੀਆਂ ਦੇ ਕਪੜੇ ਦੀਆਂ ਖੁੱਲਣ ਲੱਗੀਆਂ ਭਰਤੀਆਂ ਪੰਜਾਬ ਦੇ ਪੰਚਾਇਤੀ ਮਹਿਕਮੇ ਚੋਂ ਪਿਛਲੇ ਦਰਵਾਜੋਂ ਸੈਂਕੜੇ ਮੁਲਾਜ਼ਮਾਂ ਦੀ ਭਰਤੀ ਦਾ ਕਪਲਾ ਬਾਹਰ ਆਉਣ ਦੀ ਤਿਆਰੀ ਹੈ ਜੀ ਪਿਛਲੀ ਸਰਕਾਰ ਦੌਰਾਨ ਇਹ ਭਰਤੀਆਂ ਬਿਨਾਂ ਕਿਸੇ ਇਸ਼ਤਿਹਾਰ ਤੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਕੀਤੀਆਂ ਗਈਆਂ ਪਿਛਲੇ ਦਰਵਾਜ਼ੇ ਤੋਂ ਇਹਨਾਂ ਮੁਲਾਜ਼ਮਾਂ ਨੂੰ ਠੇਕੇ ਤੇ ਰੱਖਿਆ ਗਿਆ 2 ਸਾਲਾਂ ਬਾਅਦ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਪਤਾ ਲੱਗਦਾ ਹੈ ਸਰਕਾਰ ਨੇ ਗੁਪਤ ਰੂਪ ਵਿੱਚ ਮੈਕਮੇ ਦੇ ਅੰਦਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਸੂਬੇ ਦੇ ਸਮੂਹ ਬਲਾਕ ਅਤੇ ਪੰਚਾਇਤ ਵਿਕਾਸ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਪਿਛਲੇ ਦਰਵਾਜ਼ੇ ਤੋਂ ਕੀਤੀਆਂ ਗਈਆਂ ਅਜਹੀਆਂ ਨਿਯੁਕਤੀਆਂ ਦੇ ਵੇਰਵੇ ਨੇ ਧਾਰਤ ਸਮੇਂ ਅੰਦਰ ਮੰਗੇ ਨੇ ਜਿਨ੍ਹਾਂ ਮੁਲਾਜ਼ਮਾਂ ਦੇ ਤਨਖਾਹ ਚ ਵਾਅਦਾ ਕਰਕੇ ਉਹਨਾਂ ਨੂੰ ਰੈਗੂਲਰ ਕੀਤਾ ਗਿਆ ਉਹਨਾਂ ਤੋਂ ਤੁਰੰਤ ਬਾਅਦ ਦੀ ਤਨਖਾਹ ਦੀ ਰਕਮ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਗਿਆ ਹੈ ਅੰਦਰੂਨੀ ਫੌਟ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੀ ਚੋਣ ਅਕਾਲੀ ਦਲ ਦੇ ਬਣੀ ਗਲੇ ਦੀ ਹੱਡੀ ਸੋ ਇਹ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹੋ ਕੰਮ ਚ ਨਵੀਂ ਵੀਜ਼ਾ ਯੋਜਨਾ ਦਾ ਭਾਰਤੀਆਂ ਵੱਲੋਂ ਹੋਵੇਗਾ ਵੱਡਾ ਲਾਭ ਲੋਜਿਸਟਿਕ ਅਤੇ ਬੈਂਕਿੰਗ ਖੇਤਰ ਨਾਲ ਜੁੜੇ ਪੇਸ਼ਾਵਰ ਲੈਣਗੇ ਲਾਹਾ ਜਿਹੜੇ ਫਿਨਟੈਕ ਲੋਜਿਸਟਿਕ ਤੇ ਬੈਂਕਿੰਗ ਖੇਤਰ ਨਾਲ ਜੁੜੇ ਨੇ ਹਾਂਗਕਾਂਗ ਚੋਂ ਬ੍ਰੇਨ ਡレイン ਦੇਖਣ ਨੂੰ ਮਿਲ ਰਿਹਾ ਜੀ ਬ੍ਰੇਨ ਡレイン ਉਸਤਾਨਦ ਪਾਸਾ ਵਿੱਚ ਸਮਝੀਏ ਤਾਂ ਪੜੇ ਲਿਖੇ ਹੁਨਰਮੰਦ ਲੋਕਾਂ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾਂ ਵਿੱਚ ਚਲੇ ਗਏ ਨੇ ਇਸੇ ਨਵੇਂ ਵੀਜ਼ਾ ਯੋਜਨਾ ਦੇ ਜਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਨੇ 4 ਮਹੀਨਿਆਂ ਦੌਰਾਨ 1097 ਵੱਡੀਆਂ ਮੱਛੀਆਂ ਸਮੇਤ 7000 ਦੇ ਕਰੀਬ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ 407 ਕਿਲੋ ਹਰਾਇਣ ਕੀਤੀ ਬਰਾਮਦ ਮੂਸੇਵਾਲਾ ਕਤਲकांड ਨੂੰ ਪੁੱਛਗਿੱਛ ਦੌਰਾਨ ਬੋਲਿਆ ਮੋਹਿਤ ਜਾਂਚ ਏਜੰਸੀ ਨੇ ਪ੍ਰਤਪਾਲ ਤੇ ਮੇਰੀਆਂ ਤਿੰਨ ਵੀਡੀਓ ਕੀਤੀਆਂ ਡਿਲੀਟ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅਜੇ ਦਿਨ ਨਵੇਂ ਖੁਲਾਸੇ ਹੋ ਰਹੇ ਨੇ ਜੀ ਇਸ ਮਾਮਲੇ ਨੂੰ ਇਨਸਾਫ ਨਾ ਮਿਲਣ ਤੋਂ ਦੁਖੀ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਵੱਡਾ ਬਿਆਨ ਦੇ ਗਏ ਨੇ ਉੱਥੇ ਹੀ ਇਸ ਮਾਮਲੇ ਜੋ ਗੈਂਗਸਟਰ ਦੀਪਕ ਟੀਨੂ ਦੇ ਸਾਥੀ ਮੋਹਤ ਪਾਰਦਵਾਦ ਨੇ ਪੁਛ ਗਏ ਚਦ੍ਰਾਨ ਕਈ ਖੁਲਾਸੇ ਕੀਤੇ ਨੇ ਸਦੂ ਮੂਸੇਵਾਲਾ ਦੇ ਕਾਤਲਾਂ ਦੀ ਮਦਦ ਕਰਨ ਵਾਲਾ ਲਾਰੈਂਸ ਗੈਂਗ ਦਾ ਗੁਰਗਾ ਦੀਪਕ ਟੀਨੂ ਨਾ ਤਾਂ ਸਿਰਫ ਜੇਲ੍ਹ ਵਿੱਚ ਫੋਨ ਦੀ ਵਰਤੋਂ ਕਰ ਰਿਹਾ ਸੀ ਸਗੋਂ ਚੰਡੀਗੜ੍ਹ ਦੇ ਕਈ ਕਾਰੋਬਾਰੀਆਂ ਤੇ ਡਿਸਕ ਮਾਲਕਾਂ ਤੋਂ ਜ਼ਬਰੀ ਵਸੂਲੀ ਕਰ ਰਿਹਾ ਸੀ ਇਹ ਸਭ ਟੀਨੂ ਨੂੰ ਆਪਣੇ ਸਾਥੀ ਮੋਹਤ ਤੋਂ ਕਰਵਾ ਰਿਹਾ ਸੀ ਸਤਵੰਤ ਸਿੰਘ ਬਿਆਨ ਸਿੰਘ ਤੇ ਕੇਰ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਭਾਈ ਅਮਰਤਪਾਲ ਸਿੰਘ ਨੇ ਰਵਨੀਤ ਬਿੱਟੂ ਤੇ ਪ੍ਰਸ਼ਾਸਨ ਨੂੰ ਸੁਣਾਈਆਂ ਖਰੀਆਂ ਕਰੀਆਂ ਇਸ ਮੌਕੇ ਪੱਤਰਕਾਰਾਂ ਦੇ ਨਾਲ ਰੂਬਾਰੂ ਹੁੰਦਿਆਂ ਭਾਈ ਅਮਰਤਪਾਲ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੇ ਸਮਾਗਮ ਵਿੱਚ ਲੋਕਾਂ ਦੇ ਇਕੱਠ ਨੂੰ ਦੇਖ ਕੇ ਸਰਕਾਰਾਂ ਨੂੰ ਸੇਧ ਲੈਂਦੇ ਹੋਏ ਯਾਦ ਰੱਖਣਾ ਚਾਹੀਦਾ ਹੈ ਸਰਕਾਰ ਨੇ ਜਿਨ੍ਹਾਂ ਨੂੰ ਅੱਤਵਾਦੀ ਕਹਿ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਕੌਮ ਉਹਨਾਂ ਸ਼ਹੀਦਾਂ ਨੂੰ ਇਸ ਤਰ੍ਹਾਂ ਦੇ ਸਮਾਗਮ ਕਰਵਾ ਕੇ ਹਮੇਸ਼ਾ ਯਾਦ ਰੱਖਦੀ ਹੈ ਪਾਈ ਅਮਰਿਤਪਾਲ ਸਿੰਘ ਨੇ ਅੱਜ ਫਿਰ ਨੌਜਵਾਨਾਂ ਨੂੰ ਅਮਰਤ ਸ਼ਕਨ ਦੇ